ਵੱਲੋਂ ਇਹ ਮਹਾਰਾਜ ਸਾਹਿਬ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਸੀਂ ਇਹ ਮਾਝੇ ਦੀਆਂ ਸੀਟਾਂ ਜਿੱਤ ਕੇ ਕੈਪਟਨ ਸਾਹਿਬ ਤੁਹਾਡੀ ਝੋਲੀ ਵਿੱਚ ਪਾਵਾਂਗੇ। ਮੇਰੇ ਵੀਰੋ, ਜਿੱਥੇ ਮਹਾਰਾਜ ਸਾਹਿਬ ਨੇ ਪਾਕਿਸਤਾਨ ਨਾਲ ਹੋਈਆਂ ਜੰਗਾਂ ਦੇ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ, ਉੱਥੇ ਪੰਜਾਬ ਦੇ ਪਾਣੀਆਂ ਦੇ ਉੱਤੇ ਉਹਨਾਂ ਦੀ ਰਾਖੀ ਕਰਕੇ ਉਹਨਾਂ ਦੇ ਉੱਤੇ ਡਾਕਾ ਨਹੀਂ ਵੱਜਣ ਦਿੱਤਾ। ਅੱਜ ਜਿੱਦਾਂ ਤੁਸੀਂ ਉਹਨਾਂ ਅਫਸਰਾਂ ਨੂੰ ਫੜ ਕੇ ਅੰਦਰ ਦਿੱਤਾ, ਅਸੀਂ ਤੁਹਾਡੇ ਧੰਨਵਾਦੀ ਹਾਂ ਤੇ ਗੁਰੂ ਦੀ ਬੇਅਦਬੀ ਕਰਨ ਵਾਲਾ ਕੋਈ ਵੀ ਵਿਅਕਤੀ ਭਾਵੇਂ ਕਿੰਨਾ ਵੀ ਤਾਕਤਵਰ ਹੈ ਉਹਨੂੰ ਬਖਸ਼ਿਓ ਨਾ। ਇਹ ਅਸੀਂ ਸਾਰੇ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ। ਮੇਰੇ ਵੀਰੋ, ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਮੈਂ ਤੁਹਾਨੂੰ ਇੱਕ ਬੇਨਤੀ ਕਰਨੀ, ਅਰਦਾਸ ਕਰਨੀ, ਅਰਜੋਈ ਕਰਨੀ ਕਿ ਇਹ ਜਿਹੜੇ ਸਾਡਾ ਘੱਟੋ ਘੱਟ ਖਡੂਰ ਸਾਹਿਬ ਹਲਕਾ ਹੈ, 42 ਸਾਲਾਂ ਤੋਂ ਇਹ ਅਕਾਲੀਆਂ ਦੇ ਜੇਬ 'ਚ ਪਿਆ ਸੀ, ਉਹਨਾਂ ਤਿਜੋਰੀ 'ਚ ਪਾ ਕੇ ਚਾਬੀ ਬਾਦਲ ਕਿਆਂ ਦੇ ਪਿੰਡ ਦਿੱਤੀ ਸੀ। ਮੇਰੇ ਵੀਰੋ, ਅੱਜ ਆਪਾਂ ਇਸ ਹਲਕੇ ਦੀ ਪੱਗ ਦੀ ਲੜਾਈ ਲੜ ਰਹੇ ਹਾਂ, ਇਹ ਹੁਣ ਤੁਹਾਡੇ ਹੱਥ ਵਿੱਚ ਆ ਕਿ ਤੁਸੀਂ ਮਾਝੇ ਦੀ ਪੱਗ ਰੱਖਣੀ ਆ ਕਿ ਰੋਲਣੀ ਆ। ਜਿੰਨੀ ਵੱਡੀ ਗਿਣਤੀ 'ਚ, ਜਿੰਨਾ ਵੱਡਾ ਪਿਆਰ ਲੈ ਕੇ ਤੁਸੀਂ ਇੱਥੇ ਆਏ ਹੋ, ਅੱਜ ਮੈਂ ਦਾਅਵੇ ਦੇ ਨਾਲ, ਬੜੀ ਜ਼ਿੰਮੇਵਾਰੀ ਦੇ ਨਾਲ ਇੱਥੋਂ ਐਲਾਨ ਕਰਦਾ ਕਿ ਆਪਣੀ ਜਿੱਤ ਪੱਕੀ ਹੈ, ਐਲਾਨ ਤੇ ਇਹਨੂੰ ਹੋਣਾ ਬਾਕੀ ਹੈ। ਤੇ ਮੈਂ ਵੀਰੋ ਇੱਕ ਜਕਾਰਾ ਲਾਉਣਾ ਤੇ ਤੁਸੀਂ ਮਹਾਰਾਜਾ ਸਾਹਿਬ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਇੱਕ ਇੱਕ ਵੋਟ 19 ਤਰੀਕ ਨੂੰ ਕਾਂਗਰਸ ਨੂੰ ਪਾ ਕੇ, ਕਾਂਗਰਸ ਨੂੰ 13 ਦੀਆਂ 13 ਪੰਜਾਬ 'ਚ ਆਪਾਂ ਸੀਟਾਂ ਜਿਤਾਉਣੀਆਂ ਤੇ ਅੱਜ ਅਕਾਲੀ ਜਿੱਥੇ ਜਾਂਦੇ ਆ, ਜਦੋਂ ਲੋਕ ਸਵਾਲ ਪੁੱਛਦੇ ਆ ਉਹਨਾਂ ਨੂੰ ਜਵਾਬ ਦੇਣੇ ਔਖੇ ਹੋਏ ਆ, ਤੇ ਮੇਰੇ ਵੀਰੋ ਉਹ ਲੋਕਾਂ ਦੇ ਸਵਾਲਾਂ ਤੋਂ ਭੱਜਦੇ ਆ। ਪੰਜਾਬ ਦੇ ਬੱਬਰ ਸ਼ੇਰ ਕੈਪਟਨ ਸਾਹਿਬ ਆਪ ਲੋਕਾਂ 'ਚ ਆਏ ਆ ਕਿ ਤੁਸੀਂ ਮੈਨੂੰ ਸਵਾਲ ਪੁੱਛੋ ਤੇ ਮੈਂ ਤੁਹਾਨੂੰ ਜਵਾਬ ਦੇਊਂਗਾ। ਇਹ ਆ ਸੱਚਾਈ, ਇਹ ਆ ਦਲੇਰੀ। ਇਹਨਾਂ ਸ਼ਬਦਾਂ ਦੇ ਨਾਲ ਇੱਕ ਜਕਾਰਾ ਲਾਉਣਾ, ਤੁਸੀਂ ਦੋਵੇਂ ਹੱਥ ਕੜੇ ਕਰਕੇ ਇਸ ਜਕਾਰੇ ਦਾ ਜਵਾਬ ਦੇ ਕੇ ਕੈਪਟਨ ਸਾਹਿਬ ਨੂੰ ਵਿਸ਼ਵਾਸ ਦਵਾ ਦੇਣਾ ਕਿ 19 ਤਰੀਕ ਨੂੰ ਇਹਨਾਂ ਅਕਾਲੀਆਂ ਤੇ ਭਾਜਪਾਈਆਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਦਿਓਗੇ ਤੇ ਕਾਂਗਰਸ ਨੂੰ ਵੱਡੀ ਲੀਡ ਤੇ ਸ਼ਾਨ ਨਾਲ ਜਿਤਾਓਗੇ। ਇਹਨਾਂ